ਪੰਜਾਬੀ ਸੰਗੀਤ ਜਗਤ ਦਾ ਇੱਕ ਮਸ਼ਹੂਰ ਸਿਤਾਰਾ ਜਿਸ ਨੂੰ ਅਖਾੜੇ ਦੌਰਾਨ ਇੱਕ ਸਿਰਫਿਰੇ ਸ਼ਖਸ ਦੀ ਜਿੱਦ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਗਵਾਉਣੀ ਪਈ। ਮੈਂ ਗੱਲ ਕਰ ਰਿਹਾ ਮਰਹੂਮ ਗਾਇਕ ਦਿਲਸ਼ਾਦ ਅਖਤਰ ਦੀ। ਅਖਾੜੇ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ। ਸੋ ਇਸ ਜਾਣਕਾਰੀ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ। ਅਖਾੜਿਆਂ ਦੇ ਵਿੱਚ ਹਰ ਕਿਸੇ ਦੀ ਪਹਿਲੀ ਪਸੰਦ ਦਿਲਸ਼ਾਦ ਅਖਤਰ ਇੱਕ ਵਿਆਹ ਦੇ ਪ੍ਰੋਗਰਾਮ ਦੇ ਲਈ ਬੁੱਕ ਕੀਤੇ ਗਏ। ਮਿੱਥੇ ਹੋਏ ਦਿਨ ਤੇ ਸਮੇਂ ਤੇ ਉਹ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਿੰਘਪੁਰਾ 'ਚ ਪਹੁੰਚੇ। ਆਪਣਾ ਪ੍ਰੋਗਰਾਮ ਖਤਮ ਕਰਦੇ ਹੋਏ ਦਿਲਸ਼ਾਦ ਅਖਤਰ ਨੇ ਬੋਲੀਆਂ ਪਾਈਆਂ ਤੇ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਮੰਗੀ। ਪਰ ਇਸੇ ਦੌਰਾਨ ਵਿਆਹ ਤੇ ਬੁਲਾਏ ਗਏ ਇੱਕ ਪੁਲਿਸ ਅਫਸਰ ਜਿਸ ਦਾ ਨਾਮ ਸੀ DSP ਸਵਰਨ ਸਿੰਘ ਹੁੰਦਲ, ਜੋ ਕਿ ਪਹਿਲਾਂ ਵੀ ਕਈ ਗੀਤਾਂ ਦੀ ਫਰਮਾਇਸ਼ ਕਰ ਰਿਹਾ ਸੀ, ਉਸਨੇ ਇੱਕ ਹੋਰ ਗੀਤ ਦੀ ਡਿਮਾਂਡ ਕੀਤੀ ਤੇ ਕਿਹਾ ਕਿ ਹੰਸ ਰਾਜ ਹੰਸ ਦਾ ਨੱਚੀ ਜੋ ਸਾਡੇ ਨਾਲ ਗੀਤ ਗਾਇਆ ਜਾਵੇ। ਦਿਲਸ਼ਾਦ ਅਖਤਰ ਨੇ ਕਿਹਾ ਕਿ ਉਹ ਸਿਰਫ ਆਪਣੇ ਗੀਤ ਗਾਉਂਦੇ ਨੇ, ਕਿਸੇ ਹੋਰ ਦਾ ਉਹ ਨਹੀਂ ਗਾ ਸਕਦੇ। ਸ਼ਰਾਬ ਦੇ ਨਸ਼ੇ 'ਚ ਚੂਰ ਹੋਏ DSP ਨੇ ਇਸ ਗੱਲ ਨੂੰ ਆਪਣੀ ਬੇਇੱਜ਼ਤੀ ਸਮਝਦੇ ਨੇ ਗੁੱਸੇ 'ਚ ਆ ਕੇ ਆਪਣੇ ਨਾਲ ਆਏ ਬੋਡੀਗਾਰਡ ਤੋਂ ਉਸਦੀ AK-47 ਖੋਹ ਲਈ ਤੇ ਦਿਲਸ਼ਾਦ ਦੇ ਉੱਪਰ ਫਾਇਰ ਕਰਤਾ, ਜਿਸ ਨਾਲ ਦਿਲਸ਼ਾਦ ਅਖਤਰ ਦੀ 28 ਜਨਵਰੀ 1996 ਨੂੰ ਮੌਕੇ 'ਤੇ ਹੀ ਮੌਤ ਹੋ ਗਈ। ਅਤੇ ਇਸ ਤਰ੍ਹਾਂ ਸ਼ਰਾਬ ਦੇ ਨਸ਼ੇ 'ਚ ਆਪੇ ਤੋਂ ਬਾਹਰ ਹੋਏ DSP ਨੇ ਦਿਲਸ਼ਾਦ ਅਖਤਰ ਜਿਹਾ ਸਾਫ਼ ਸੁਥਰੀ ਗਾਇਕੀ ਕਰਨ ਵਾਲਾ ਸਿਤਾਰਾ ਸਾਡੇ ਤੋਂ ਖੋਹ ਲਿਆ। ਬਾਅਦ 'ਚ DSP ਸਵਰਨ ਸਿੰਘ ਹੁੰਦਲ ਨੂੰ ਨੌਕਰੀ ਤੋਂ ਬਰਖਾਸਤ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਕੁਝ ਸਮਾਂ ਜੇਲ੍ਹ 'ਚ ਰਹਿਣ ਮਗਰੋਂ ਉਸਨੂੰ ਮੁੜ ਉਸਦਾ ਅਹੁਦਾ ਦੇ ਦਿੱਤਾ ਗਿਆ, ਜਿਸ ਤੋਂ ਉਹ ਸਾਲ 2002 'ਚ ਰਿਟਾਇਰ ਹੋਇਆ। ਪਰ ਸਾਲ 2008 'ਚ ਇਸ DSP ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਸੁਸਾਈਡ ਕਰ ਲਿਆ। DSP ਦੀ ਪਤਨੀ ਨੇ ਬਾਅਦ 'ਚ ਇਹ ਖੁਲਾਸਾ ਕੀਤਾ ਕਿ ਉਹ ਮਾਨਸਿਕ ਤੌਰ 'ਤੇ ਕਾਫ਼ੀ ਤਣਾਅ 'ਚ ਸੀ, ਕਿਉਂਕਿ ਉਸ ਉੱਪਰ ਇੱਕ ਫੇਕ ਇਨਕਾਊਂਟਰ ਦਾ CBI ਕੇਸ ਚੱਲ ਰਿਹਾ ਸੀ। ਦਿਲਸ਼ਾਦ ਅਖਤਰ ਜਿਹੇ ਸਿਤਾਰੇ ਨੂੰ ਖੋਣ ਵਾਲੇ ਇਸ DSP ਨੂੰ ਉਸਦੇ ਕੀਤੇ ਦੀ ਭਾਵੇਂ ਸਜ਼ਾ ਮਿਲ ਗਈ, ਪਰ ਸਾਫ਼ ਸੁਥਰੀ ਗਾਇਕੀ ਅਤੇ ਸਭ ਦਾ ਹਰਮਨ ਪਿਆਰਾ ਦਿਲਸ਼ਾਦ ਉਸਨੇ ਸਭ ਤੋਂ ਖੋਹ ਲਿਆ। ਗਾਇਕਾਂ ਦੇ ਨਾਲ ਹੋਣ ਵਾਲੀਆਂ ਇਹੋ ਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕੁਲਦੀਪ ਮਾਣਕ ਜਿਹੇ ਵੱਡੇ ਗਾਇਕਾਂ ਨੇ ਪਾਰਲੀਮੈਂਟ ਦੇ ਵਿੱਚ ਗਾਇਕਾਂ ਦੀ ਸੁਰੱਖਿਆ ਲਈ ਬਹੁਤ ਜੱਦੋਜਹਿਦ ਕੀਤੀ, ਪਰ ਉਹਨਾਂ ਦੀ ਕਿਸੇ ਵੀ ਦਲੀਲ 'ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ। ਇਹ ਸੀ ਅੱਜ ਦੀ ਜਾਣਕਾਰੀ ਮਰਹੂਮ ਗਾਇਕ ਦਿਲਸ਼ਾਦ ਅਖਤਰ ਦੇ ਬਾਰੇ। ਅੱਜ ਦੀ ਵੀਡੀਓ 'ਚ ਸਿਰਫ ਇੰਨਾ ਹੀ। ਮਿਲਦੇ ਹਾਂ ਅਗਲੀ ਵੀਡੀਓ 'ਚ ਇੱਕ ਨਵੀਂ ਜਾਣਕਾਰੀ ਦੇ ਨਾਲ। ਉਦੋਂ ਤੱਕ ਜੁੜੇ ਰਹੋ ਚੈਨਲ ਦੇ ਨਾਲ। ਚੈਨਲ ਅਪਡੇਟਸ ਲਈ ਪੰਜਾਬੀ ਮੂਵੀਜ਼ ਅੱਡਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਪਹਿਲਾਂ ਨੋਟੀਫਿਕੇਸ਼ਨ ਲੈਣ ਲਈ ਬੈੱਲ ਆਈਕਨ 'ਤੇ ਪ੍ਰੈਸ ਕਰੋ।